ਵੈਲਕਮ ਜੀ, ਖੁਸ਼ ਆਮਦੇਦ। ਤੁਸੀਂ ਵੇਖ ਰਹੇ ਹੋ ਪਿੰਡ 34 ਯੂਟਿਊਬ ਚੈਨਲ ਅਤੇ ਮੈਂ ਤੁਹਾਡਾ ਦੋਸਤ ਸਗੀਰ ਅਬਾਸ ਰਹਿੰਦਾ। ਦੋਸਤੋ, ਪਿੰਡਾਂ ਦੀ ਸੈਰ ਦੇ ਸਿਲਸਿਲੇ ਔਰ ਪਿੰਡਾਂ ਦੇ ਨਾਲ ਰਿਲੇਟਡ ਜਿਹੜੇ ਕੰਮ ਹੈਗੇ ਆ ਉਹ ਅਸੀਂ ਤੁਹਾਨੂੰ ਜਨਾਬ ਨੂੰ ਵਿਖਾ ਰਹੇ ਹਾਂ। ਔਰ ਸਾਡੇ ਜ਼ਿਮੀਦਾਰ ਭਰਾ ਜਿਹੜੇ ਪਿੰਡਾਂ ਵਾਲੇ ਨੇ ਉਹ ਵੀ ਕੁਛ ਐਡਵਾਂਸ ਹੋ ਰਹੇ ਨੇ ਔਰ ਐਡਵਾਂਸ ਫਸਲਾਂ ਦੀ ਐਡਵਾਂਸ ਜਨਾਬ ਫਾਰਮਿੰਗ ਵਗੈਰਾ ਕਰ ਰਹੇ ਨੇ। ਅਤੇ ਇਸੇ ਸਿਲਸਿਲੇ ਦੇ ਵਿੱਚ ਜਨਾਬ ਅਸੀਂ ਅੱਜ ਪਿੰਡ 34 ਯੂਟਿਊਬ ਚੈਨਲ ਦੀ ਟੀਮ ਜਨਾਬ 38 ਚੱਕ ਡਗੋਰਾ ਉੱਥੇ ਪਹੁੰਚੀ ਹੈ ਕਿ ਉੱਥੇ ਖੀਰੇ ਦੀ ਕਾਸ਼ਤ ਸ਼ੁਰੂ ਹੋਈ ਔਰ ਟਨਲ ਫਾਰਮਿੰਗ ਜਿਹੜੀ ਹੈ ਉਹਦੇ ਜ਼ਰੀਏ ਉਹ ਕਰ ਰਹੇ ਹੈ। ਉਹ ਕਿਸ ਤਰ੍ਹਾਂ ਕਰ ਰਿਹਾ ਇਹ ਅਸੀਂ, ਸਾਡੇ ਨਾਲ ਫਾਰਮਰ ਮੌਜੂਦ ਨੇ, ਅਸੀਂ ਇਹਨਾਂ ਕੋਲ ਪੁੱਛਾਂਗੇ ਇਹਦੀ ਕਾਸਟ ਕਿੰਨੀ ਹੈਗੀ, ਇਹਦੇ 'ਤੇ ਖਰਚਾ ਕਿੰਨਾ ਹੈਗਾ, ਇਹ ਸਾਰੀਆਂ ਗੱਲਾਂ ਅਸੀਂ ਇਹਨਾਂ ਕੋਲ ਪੁੱਛਾਂਗੇ। ਅਸਲਾਮ ਵਾਲੇਕੁਮ ਜੀ। ਅਸਲਾਮ ਵਾਲੇਕੁਮ ਜੀ। ਸਾਹਿਬ ਕੀ ਹਾਲ ਹੈ ਜੀ? ਅੱਲਾ ਦਾ ਕਰਮ ਜੀ। ਨਾਮ ਆਪਣਾ ਦੱਸ ਦਿਓ। ਨਾਮ ਨਜ਼ੀਰ ਅਹਿਮਦ। ਨਜ਼ੀਰ ਅਹਿਮਦ ਜੀ। ਅਤੇ ਨਜ਼ੀਰ ਸਾਹਿਬ, ਇਹ ਦੱਸੋ ਸਭ ਤੋਂ ਪਹਿਲੇ ਸਾਨੂੰ ਬਈ ਇਹ ਤੁਸੀਂ ਇਹ ਕਿੱਥੋਂ ਵੇਖੀ ਆ ਫਾਰਮਿੰਗ? ਬਈ ਇਹ ਆਰਫ ਵਾਲਿਓ ਜੀ। ਆਰਫ ਵਾਲਿਓ ਜੀ। ਤੇ ਆਪਾਂ ਹੁਣ ਇੱਥੇ ਕੀ ਬੀਜ ਰਹੇ ਹਾਂ? ਖੀਰਾ ਜੀ। ਖੀਰਾ ਬੀਜ ਰਹੇ ਹੋ ਜੀ। ਹੁਣ ਤੁਸੀਂ ਸਾਨੂੰ ਸਟਾਰਟ ਤੋਂ ਦੱਸੋ ਬਈ ਇਹਦੇ ਜਦੋਂ ਜ਼ਮੀਨ ਨੂੰ ਤੁਸੀਂ ਰੌਣੀ ਇਹਦੀ ਕਰਦੇ ਹੋ, ਇਹਨੂੰ ਪਾਣੀ ਲਾਉਂਦੇ ਹੋ, ਤੇ ਸਟਾਰਟ ਤੋਂ ਦੱਸੋ ਬਈ ਖੀਰੇ ਦੀ ਇਹਦੇ 'ਤੇ ਤੁਸੀਂ ਕਿੰਨੇ ਵਾਰੀ ਹਲ ਚਲਾਉਂਦੇ ਹੋ ਇਹਦੇ 'ਤੇ? ਇਹ ਸਰ ਪਹਿਲੇ ਤਾਂ ਬੀਜੀ ਮੱਕੀ, ਖੀਰਾ ਫੇ ਹੁੰਦਾ ਮੱਕੀ ਬੀਜ ਕੇ। ਅੱਛਾ, ਫਾਰਮੀ ਮਕਈ ਪਹਿਲੇ ਬੀਜ? ਪਹਿਲੇ ਬੀਜ ਕੇ। ਲਾਜ਼ਮੀ ਹੋ? ਲਾਜ਼ਮੀ ਹੋ, ਉਸ ਤੋਂ ਬਾਅਦ ਨਹੀਂ ਹੁੰਦੀ। ਅੱਛਾ, ਖੀਰਾ ਨਹੀਂ ਹੁੰਦਾ? ਖੀਰਾ ਫਿਰ ਉਸ ਤੋਂ ਬਾਅਦ ਮੱਕੀ ਸਿੱਟ ਦੇਣੀ, ਉਸ ਤੋਂ ਬਾਅਦ ਉਜਾਉਣੀ ਕਰਨੀ, ਫਿਰ ਰੂਟਰ ਮਾਰਨਾ। ਅੱਛਾ, ਹਲ 15-16 ਦਫਾ ਰਕਬਾ ਵਾਹਣਾ ਪੈਂਦਾ, ਇੱਕ ਕਿੱਲਾ। ਇੱਕ ਕਿੱਲਾ 16 ਦਫਾ ਵਾਹਣਾ ਪੈਂਦਾ, ਘੱਟ ਤੋਂ ਘੱਟ? ਘੱਟ ਤੋਂ ਘੱਟ 4 ਰੂਟਰ ਮਾਰਨੇ ਪੈਂਦੇ। 4 ਰੂਟਰ? ਰੂਟਰ ਮਾਰਨੇ ਪੈਂਦੇ। ਉਸ ਤੋਂ ਬਾਅਦ ਫਿਰ ਆਡਾ ਕੱਢ ਦੇਣੀਆਂ। ਅੱਛਾ, ਆਡਾ ਕੱਢ ਦੇਣੀਆਂ। ਉਸ ਤੋਂ ਬਾਅਦ ਕਾਲਾ ਛਾਪਾ ਥੱਲੇ ਵਿਛਾਉਣਾ। ਅੱਛਾ, ਉਸ ਤੋਂ ਬਾਅਦ ਪੈਪ ਗੱਡਣੇ। ਅੱਛਾ, ਫਿਰ ਉੱਤੇ ਜਾਲ ਪਾ ਦੇਣਾ। ਅੱਛਾ, ਠੀਕ ਹੈ। ਉਸ ਤੋਂ ਬਾਅਦ ਫਿਰ ਟਿਸ਼ੂ, ਫਿਰ ਬੀ ਲਾ ਦੇਣਾ। ਅਤੇ ਇਹ ਜਿਹੜੀ ਜਾਲ ਬੰਨਣ ਵਾਲੀ ਔਰ ਪੈਪ ਲਾਉਣ ਵਾਲੀ ਲੇਬਰ ਜਿਹੜੀ ਹੈ ਇਹ ਤੁਹਾਨੂੰ ਆਪਣੇ ਇਲਾਕੇ 'ਚ ਨਹੀਂ ਮਿਲਦੀ? ਆਪਣੇ ਇਲਾਕੇ 'ਚ ਸਾਈਡ ਤੋਂ ਮੰਗਾਉਣੀ ਪੈਂਦੀ, ਕਿਉਂਕਿ ਅਸੀਂ ਤਾਂ ਫੈਸਲਾਬਾਦ ਸਿਟੀ ਦੇ ਰਾਊਂਡ ਅਬਾਊਟ ਹੈਗੇ ਹਾਂ ਔਰ ਜੰਗ ਰੋਡ ਦੇ ਬਿਲਕੁਲ ਸਰਦਾਰ ਬਾਈਪਾਸ ਦੇ ਕਰੀਬ ਇਹ ਪਿੰਡ ਹੈਗਾ। ਅਤੇ ਤੁਸੀਂ ਕਿੱਥੋਂ ਲਿਆਉਂਦੇ ਹੋ ਲੇਬਰ? ਮੈਂ ਜਾਂ ਚੁੰਡਿਓ ਮੰਗਾਉਂਦਾ ਜਾਂ ਆਰਫ ਵਾਲਿਓ। ਅੱਛਾ, ਲੇਬਰ ਵੀ ਆਰਫ ਵਾਲਿਓ ਆਉਂਦੀ ਹੈ? ਅੱਛਾ, ਜਾਂ ਚੁੰਡਿਓ। ਅੱਛਾ, ਠੀਕ ਹੋ ਗਿਆ। ਅਤੇ ਇਹਦੀ ਸਾਨੂੰ ਇਹ ਦੱਸੋ ਵੀ ਇਹਦੀ ਜਿਹੜਾ ਕਾਸ਼ ਦਾ ਟਾਈਮ ਆ ਖੀਰੇ ਦਾ? 10ਵੇਂ ਮਹੀਨੇ ਦੀ 15 ਤਾਰੀਖ ਤੋਂ ਸਟਾਰਟ ਕਰ? ਸ਼ੁਰੂ ਕਰ ਦੇਣਾ, 25 ਤੱਕ ਲਾਉਣਾ ਬਸ। ਅੱਛਾ, 10ਵੇਂ ਮਹੀਨੇ ਦੀ 15 ਤੋਂ ਸਟਾਰਟ ਕਰਕੇ 25 ਤੱਕ, ਮਤਲਬ 10 ਦਿਨ ਦੇ ਵਿੱਚ ਤੁਸੀਂ ਇਹ ਲਾਉਣਾ ਹੁੰਦਾ? ਲਾਉਣਾ ਜੀ। ਅਜੇ ਇਸ ਤੋਂ ਲੇਟ ਨਹੀਂ? ਅੱਛਾ, ਫਿਰ ਇਸ ਟਨਲ ਦੇ ਵਿੱਚ ਤੁਸੀਂ ਖੀਰੇ ਦੇ ਨਾਲ ਹੋਰ ਕੀ ਬੀਜਦੇ ਹੋ? ਤੁਸੀਂ ਪਹਿਲੇ ਮਹੀਨੇ ਫਿਰ ਕਰੇਲਾ ਲਾਵਾਂਗੇ ਵਿੱਚ? ਅੱਛਾ, ਪਹਿਲੇ ਮਹੀਨੇ ਕਰੇਲਾ ਲਾਓਗੇ? ਲਾਵਾਂਗੇ। ਅੱਛਾ, ਅਤੇ ਉਹ ਫਿਰ ਕਰੇਲਾ ਜਿਹੜਾ ਹੈ ਉਹ 4 ਮਾਹ ਚੱਲੂਗਾ? ਅੱਛਾ, 4 ਮਹੀਨੇ ਨਹੀਂ, ਕਰੇਲੇ ਦੀ ਵੱਲ ਜਿਹੜੀ ਆ ਉਹ ਕਿੰਨੇ ਅਰਸੇ 'ਚ ਤਿਆਰ ਹੋਏਗੀ? ਉਹ ਹੋਏਗੀ 2 ਮਹੀਨਿਆਂ 'ਚ। ਅੱਛਾ, 2 ਮਹੀਨਿਆਂ ਦੇ ਵਿੱਚ ਵੱਲ ਤਿਆਰ ਹੋਏਗੀ ਔਰ 4 ਮਹੀਨੇ ਉਹ ਚੱਲੇਗੀ? ਚੱਲੇਗੀ। ਸਭ ਤੋਂ ਪਹਿਲੇ ਤਾਂ ਜਨਾਬ ਤੁਸੀਂ ਇਹ ਲਾਏ ਆ, ਇਹਦੇ ਪੈਪ ਲਾਏ ਆ, ਫਿਰ ਉੱਤੇ ਤੁਸੀਂ ਜਾਲ ਬੰਨੇ ਆ, ਹੁਣ ਤੁਸੀਂ ਇਹਦੇ ਉੱਤੇ ਲਗਾ ਰਹੇ ਹੋ ਟਿਸ਼ੂ? ਟਿਸ਼ੂ, ਉਸ ਤੋਂ ਬਾਅਦ ਫਿਰ ਪਾਉਣਾ ਸੀ ਛਾਪਰ ਜਦੋਂ ਠੰਡ ਪੈਣ ਲੱਗੀ। ਜਦੋਂ 9ਵੇਂ ਮਹੀਨੇ ਛਾਪਰ ਪਾਉਂਦੇ ਹੋ? ਅਸੀਂ 11ਵੇਂ ਮਹੀਨੇ ਪਾਵਾਂਗੇ। ਅੱਛਾ, 11ਵੇਂ ਅੱਧ ਆਖਰ 'ਤੇ ਜਾ ਕੇ। ਠੀਕ ਹੋ ਗਿਆ। ਜਦੋਂ ਧੁੰਦਾਂ ਪੈਣ ਲੱਗਣੀਆਂ? ਧੁੰਦਾਂ ਪੈਣ ਲੱਗਣੀਆਂ, ਠੀਕ। ਹੁਣ ਇਹਦੇ ਵਿੱਚ ਹੀ ਹਜੇ ਜਾਲ ਲਾਉਣਾ, ਇਹਦੇ ਵਿੱਚ ਹੈ ਨਾ ਹਜੇ, ਹਾਂ, 4 ਲਾਈਨਾਂ ਲਾਉਣੀਆਂ ਜਾਲ ਦੀਆਂ। ਅੱਛਾ, 4 ਲਾਈਨਾਂ ਜਾਲ ਦੀਆਂ ਲਾਉਣੀਆਂ, ਉਹਦੇ ਉੱਤੇ ਵੱਲਾਂ ਉੱਪਰ ਜਾਣ ਦੀ। ਇਸ ਤਰ੍ਹਾਂ ਹੀ। ਅਤੇ ਇਹ ਫਿਰ ਜਦੋਂ ਤੁਸੀਂ ਇਹ ਸਾਰਾ ਕੁਛ ਤਿਆਰ ਹੋ ਜਾਂਦਾ ਤਾਂ ਛਾਪਰ ਅਤੇ ਇਹ ਲਾਹ ਕਦੋਂ ਛੱਡਦੇ ਹੋ? ਨਹੀਂ, ਛਾਪਰ ਲਾ ਦੇਣਾ, ਟਿਸ਼ੂ ਨਹੀਂ ਲਾਉਣਾ। ਅੱਛਾ, ਟਿਸ਼ੂ ਲਾਉਣਾ ਹੀ ਨਹੀਂ? ਅੱਛਾ, ਛਾਪਰ ਲਾ ਦੇਣਾ। ਠੀਕ ਹੋ ਗਿਆ। ਅੱਛਾ, ਕਿਉਂਕਿ ਸਾਡੇ ਕੋਲ ਤਾਂ ਇੱਕ ਜਿਹੜੀ ਐਵਰੇਜ ਹੈਗੀ ਆ ਉਹ ਅਸੀਂ ਕਿੱਲੇ ਦੀ ਕੱਢਦੇ ਹਾਂ, ਪਰ ਕਿੱਲੇ 'ਤੇ ਇੰਨਾ ਖਰਚਾ ਹੋਇਆ, ਇੰਨੀ ਐਵਰੇਜ ਹੈਗੀ ਆ। ਇਹ ਦੱਸੋ ਬਈ ਇਹ ਤੁਸੀਂ ਕਰੇਲਾ ਜਿਹੜਾ ਖੀਰਾ ਲਾਉਣਾ ਅਤੇ ਕਰੇਲਾ ਲਾਉਣਾ, ਇੱਕ ਮੋਟੀ ਜਿਹੀ ਐਵਰੇਜ ਦੱਸੋ ਬਈ ਇੱਕ ਕਿੱਲੇ 'ਤੇ ਮਤਲਬ ਕਿ ਆਮਦਨ ਤੋਂ ਪਹਿਲੇ ਤੁਹਾਡਾ ਕਿੰਨਾ ਖਰਚਾ? ਇਹ 3 ਲੱਖ ਦੇ ਪੈਪ ਆ ਜੀ। ਅੱਛਾ, ਅਤੇ 50,000 ਦੇ ਕਿੱਲੇ ਆ ਲੋਹੇ ਦੇ ਸਾਈਡਾਂ ਵਾਲੇ। ਅੱਛਾ, 3-3.5 ਲੱਖ? 3.5 ਲੱਖ ਹੋ ਗਿਆ, 1,40,000 ਦਾ ਕਿੱਲੇ ਦਾ ਬੀਜ ਹੈ। ਅੱਛਾ, 3.5-4.5 ਅਤੇ 5 ਲੱਖ ਕਰ ਲਓ, 5 ਲੱਖ ਹੋ ਗਿਆ, 40,000 ਦਾ ਹੇਠਲਾ ਛਾਪਾ ਦਾ। ਅੱਛਾ, 5-5.5-30 ਹੋ ਗਿਆ ਜੀ, 80,000 ਦਾ ਟਿਸ਼ੂ ਹੈ ਕਿੱਲੇ ਦਾ। ਅੱਛਾ, 6.25? ਅੱਛਾ, ਤਕਰੀਬਨ 30,000 ਦਾ ਜਾਲ ਆ ਕਿੱਲੇ ਦਾ। ਅੱਛਾ, 30,000 ਦਾ ਜਾਲ ਅਤੇ ਜਨਾਬ 7.25 ਹੋ ਗਿਆ ਸਮਾਂ, ਫਿਰ ਨਿੱਕਾ ਮੋਟਾ ਪਾ ਕੇ ਕਾਫੀ ਸਮਾਨ ਬਣ ਜਾਂਦਾ ਜੀ, 50-60 ਹੋਰ ਪਾ ਲਓ। 50, ਮਤਲਬ ਇਹ ਆ ਕਿ ਤੁਸੀਂ ਕੁਛ 7.25 ਲੱਖ ਰੁਪਈਆ ਕਿੱਲੇ 'ਤੇ ਆਮਦਨ ਤੋਂ ਪਹਿਲੇ ਲਾਉਂਦੇ ਆ ਜੀ। 3 DAP ਪਾਉਂਦੇ ਆ ਕਿੱਲੇ ਦੀਆਂ, 3 ਬੋਰੇ DAP
ਪਹਿਲੋਂ ਪਾਉਂਦੇ? ਪਹਿਲੇ ਪਾਉਂਦੇ ਥੱਲੇ। ਅੱਛਾ, ਤੇ ਇਹ ਖੀਰੇ ਦੀ ਜਿਹੜੀ ਅਫਜ਼ਾਇਸ਼ ਹੈਗੀ ਆ, ਖੀਰੇ 'ਤੇ ਤੁਸੀਂ ਕੀ ਪਾਉਂਦੇ ਹੋ ਖੀਰੇ ਦੀ ਤਿਆਰੀ 'ਤੇ ਜਦੋਂ ਮੁਕੰਮਲ ਹੋ ਜਾਂਦਾ? ਨਾ ਨਾ, ਸਟਾਰਟ ਤੋਂ ਦੱਸੋ। ਹੁਣ ਤੋਂ ਸ਼ੁਰੂ ਤੋਂ? ਹਾਂ, DAP। ਅੱਛਾ, DAP। ਫਿਰ ਜਦੋਂ ਵਾਲ ਨਿਕਲ ਆਏਗੀ ਫਿਰ? ਕੁਛ ਨਹੀਂ ਪਾਉਣਾ, ਜਦੋਂ ਫਿਰ ਲੱਥਣ ਲੱਗਣਾ ਉਦੋਂ ਪੋਟਾਸ਼ ਪਾਣੀ। ਅੱਛਾ, ਉਦੋਂ ਪੋਟਾਸ਼ ਅਤੇ ਸਪਰੇ? 8 ਦਿਨ ਆਮ ਹੀ ਕਿਹਦੀ ਲੱਭ ਜਾ ਸੁੰਡੀ ਦੀ ਕਿੱਦਾਂ ਦੀ ਬਿਮਾਰੀ ਉੱਦਾਂ। ਹਾਂ, ਅਤੇ ਇਹ ਫਿਰ ਚੋਈ ਸਾਹਿਬ, ਇਹ ਛਾਪਰ ਛੁਪਰ ਅਤੇ ਟਿਸ਼ੂ ਫਟ ਵੀ ਜਾਂਦਾ ਹੋਣਾ? ਅਤੇ ਫਿਰ ਨਹੀਂ, ਟਿਸ਼ੂ ਫਟ ਜਾਂਦਾ ਉਤਲਾ, ਫਿਰ ਨਵਾਂ ਪਾਉਣਾ ਪੈਂਦਾ। ਅੱਛਾ, ਹਨੇਰੀ ਆ ਜਾਵੇ, ਅਗਰ ਫਟ ਵੀ ਜਾਂਦਾ ਫਿਰ ਨਵਾਂ ਪਾ ਦਿਓ। ਬਿਲਕੁਲ ਜੀ, ਇਹ ਵੇਖੋ ਨਾ, ਅੱਲਾ ਦੀ ਆਸ ਹੀ ਆ, ਕੋਈ ਸੋਹਣੇ ਅੱਲਾ ਦੀ। 7 ਲੱਖ ਰੁਪਇਆ, 7.25 ਲੱਖ ਰੁਪਇਆ ਇਹਨਾਂ ਦੀ ਕਾਸਟ ਹੈਗੀ ਆ ਜੀ, ਆਮਦਨ ਤੋਂ ਪਹਿਲੇ ਦੀ। ਅਤੇ ਹੁਣ ਥੋੜ੍ਹਾ ਜਿਹਾ ਆਮਦਨ ਵੀ ਦੱਸ ਦਿਓ ਮਾੜੇ ਜੀ। ਆਮਦਨ ਤਾਂ ਸੋਹਣੇ ਅੱਲਾ ਨੂੰ ਪਤਾ, ਅਗਰ ਰੇਟ ਲੱਗ ਜਾਏ ਤਾਂ 2-3 ਵਾਰੀਆਂ ਪੈਸੇ ਪੂਰੇ ਨਾ ਲੱਗੇ। ਪਿਛਲੀ ਵਾਰੀ ਰੇਟ ਲੱਗਾ ਹੀ ਨਹੀਂ ਖੀਰੇ ਦਾ, ਪਿਛਲੀ ਵਾਰੀ ਪੁੱਛਿਆ ਹੀ ਨਹੀਂ ਕਿਸੇ ਨੇ, ਖਰਚੇ ਨਹੀਂ ਪੂਰੇ ਹੋਏ, ਖਰਚਾ ਨਹੀਂ ਪੂਰੇ ਹੋਏ, ਨਹੀਂ ਪੂਰੇ ਹੋਏ। ਲੇਕਿਨ ਗੱਲ ਇਹ ਆ ਬਈ, ਇੱਕ ਚਾਸ ਹੈਗੀ ਆ, ਨਸ਼ਾ ਲੱਗ ਗਿਆ, ਸਮਾਨ ਸਾਰਾ ਬਣਿਆ ਹੋਇਆ, ਇਸ ਤੋਂ ਬਾਅਦ ਅਸੀਂ ਕਰ ਕੁਛ ਨਹੀਂ ਸਕਦੇ, ਸਵਾ ਜੀਵਨ ਦਾ ਇਸੇ ਤਰ੍ਹਾਂ ਹੀ ਆ। ਲੇਕਿਨ ਇਹ ਆ ਕਿ ਇੱਕ ਦਫ਼ਾ ਤੁਸੀਂ ਖਰਚਾ ਕਰ ਲਿਆ, ਹੁਣ ਤੁਹਾਡੇ ਵਾਸਤੇ ਆਸਾਨੀ ਹੈ, ਆਸਾਨੀ ਆ, ਮਸ਼ੀਨਰੀ ਸਾਰੀ ਬਣੀ ਹੋਈ ਆ, ਹਰ ਸ਼ੈ ਬਣੀ ਹੋਈ ਆ। ਠੀਕ ਹੋ ਗਿਆ, ਮਤਲਬ ਇਹ ਹੁਣ ਤੁਹਾਨੂੰ ਇਹ ਹੁਣ ਇਹਦੀ ਇਹਦਾ ਨਸ਼ਾ ਲੱਗ ਗਿਆ ਇਸ ਕੰਮ ਦਾ। ਠੀਕ ਹੋ ਗਿਆ ਜੀ, ਬੜੀ ਮਿਹਰਬਾਨੀ ਜਨਾਬ ਦੀ, ਤੁਸੀਂ ਸਾਨੂੰ ਖਸੂਸੀ ਟਾਈਮ ਦਿੱਤਾ ਅਤੇ ਇੰਨੀ ਅੱਛੀ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ। ਅਤੇ ਇਨਸ਼ਾਅੱਲਾ ਅਸੀਂ ਜਨਾਬ ਕੋ ਜਦੋਂ ਤੁਹਾਡੇ ਹੁਣ ਉਤਰਨੇ ਸ਼ੁਰੂ ਹੋ ਜਾਣਗੇ ਨਾ ਜੀ, ਅਸੀਂ ਫਿਰ ਜਨਾਬ ਨੂੰ ਤਕਲੀਫ ਦੇਣੀ। 12ਵੇਂ ਮਹੀਨੇ ਦੀ 10 ਨੂੰ ਲੱਥਣ ਦੇ ਜੀ। ਅੱਛਾ, 12ਵੇਂ ਮਹੀਨੇ ਦੀ 10 ਤਰੀਕ ਦੇ ਰਾਊਂਡ ਅਬਾਊਟ ਇਹਨਾਂ ਦੀ ਪ੍ਰੋਡਕਸ਼ਨ ਜਿਹੜੀ ਉਹ ਸ਼ੁਰੂ ਹੋ ਜਾਣੀ ਅੱਲਾ ਦੇ ਹੁਕਮ ਨਾਲ। ਅਤੇ ਇਨਸ਼ਾਅੱਲਾ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ, ਉਦੋਂ ਤੁਹਾਡੇ ਕੋਲ ਰੇਟ ਵੀ ਪੁੱਛਾਂਗੇ ਸਾਰਾ ਕੁਛ, ਅਤੇ ਨਾਲੇ ਮਜ਼ੀਦ ਡਿਟੇਲ ਜਨਾਬ ਕੋ ਅਸੀਂ ਲਾਵਾਂਗੇ ਜਨਾਬ। ਅਤੇ ਜਨਾਬ ਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਇਹ ਤੁਸੀਂ ਸਾਨੂੰ ਕਮੈਂਟ ਕਰਕੇ ਲਾਈਕ ਕਰੋ, ਅਤੇ ਸਾਨੂੰ ਕਮੈਂਟ ਕਰਕੇ ਦੱਸੋ ਇਹਦੀ ਵੀਡੀਓ ਦੇ ਬਾਰੇ। ਅਤੇ ਜਿਹਨਾਂ ਦੋਸਤਾਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਨਾਲ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਅਸੀਂ ਹੋਰ ਇਹੋ ਜਿਹੀਆਂ ਮਜ਼ੇਦਾਰ ਵੀਡੀਓਆਂ ਪਿੰਡਾਂ ਦੇ ਰਿਲੇਟਡ ਜਿਹੜੀਆਂ ਆ ਜਨਾਬ ਵਾਸਤੇ ਲਿਆਉਂਦੇ ਰਹਾਂਗੇ। ਅਤੇ ਇਹਦੇ ਨਾਲ ਹੀ ਆਪਣੇ ਵੀਰ ਸਗੀਰ ਬਾਸ ਰਿੰਦ ਨੂੰ ਦਿਓ ਇਜਾਜ਼ਤ, ਰੱਬ ਰਾਖਾ।